ਦੇਖੋ ਅੱਜ ਦਾ ਜਿਹੜਾ ਇਕੱਠ ਕੀਤਾ ਸੀ ਬਰਨਾਲੇ ਦੇ ਵਿੱਚ, ਇਹਦਾ ਨਾਂ ਲੋਕ ਸੰਗਰਾਮ ਰੈਲੀ ਰੱਖਿਆ ਸੀ। ਉਸ ਵੇਲੇ ਕਰ ਰਹੇ ਹਾਂ ਜਦੋਂ ਭਾਰਤ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਕੁੱਦੀਆਂ ਹੋਈਆਂ ਨੇ, ਵੱਖ ਵੱਖ ਤਰ੍ਹਾਂ ਦੇ ਵਾਅਦੇ ਕਰਦੇ ਨੇ, ਇੱਕ ਦੂਜੇ 'ਤੇ ਦੂਸ਼ਣਬਾਜ਼ੀ ਕਰਦੀਆਂ ਨੇ। ਅਸੀਂ ਇਹ ਸਮਝਦੇ ਹਾਂ ਵੀ ਜਿਹੜਾ ਅੱਜ ਅਸੀਂ ਇਕੱਠ ਕੀਤਾ ਹੈ, ਅਸੀਂ ਇਹਨਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਤੁਹਾਨੂੰ 73-75 ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ, ਆਹੀ ਰਾਗ ਆਹੀ ਵਾਅਦੇ ਐਸੇ ਤਰ੍ਹਾਂ ਦੀਆਂ ਗੱਲਾਂ ਐਸੇ ਤਰ੍ਹਾਂ ਬਾਤਾਂ ਇੱਕ ਦੂਜੇ ਤੋਂ ਬਦਲ ਕੇ, ਇਹੀ 500-700 ਲੋਕ ਨੇ ਜਿਹੜੇ ਵਾਰ ਵਾਰ ਕੱਪੜੇ ਬਦਲ ਕੇ ਸੱਤਾ 'ਚ ਆਉਂਦੇ ਨੇ, ਇਹਨਾਂ ਦੀਆਂ ਉਹੀ ਵਿਕਾਸ ਦੀਆਂ ਗੱਲਾਂ, ਉਹੀ ਲੋਕਾਂ ਦੀਆਂ ਗੱਲਾਂ, ਲੋਕਾਂ ਦੀਆਂ ਛੋਟੀਆਂ ਮੋਟੀਆਂ ਰਾਇਤਾਂ ਦੀਆਂ ਗੱਲਾਂ ਕਰਦੀਆਂ ਨੇ। ਇਹ ਬੁਨਿਆਦੀ ਇਸ਼ੂਆਂ ਤੋਂ ਬਹੁਤ ਪਾਸੇ ਨੇ, ਇਹਨਾਂ ਨੇ ਕਦੇ ਤੁਹਾਡਾ ਭਲਾ ਨਹੀਂ ਕਰਨਾ। ਇਹ ਕਾਰਪੋਰੇਟ ਅਤੇ ਪੂੰਜੀਵਾਦਾਂ ਦੇ ਹੱਥਾਂ 'ਚ ਖੇਡਦੀਆਂ ਪਾਰਟੀਆਂ ਨੇ, ਉਹਨਾਂ ਦੇ ਪੱਖ ਦੇ ਫੈਸਲੇ ਕਰਦੀਆਂ ਨੇ। ਇਸ ਕਰਕੇ ਜਿਹੜੀਆਂ ਵਿਧਾਨ ਸਭਾ ਅਤੇ ਪਾਰਲੀਮੈਂਟ ਹੈ, ਇਹ ਕਦੇ ਵੀ ਸਾਡੇ ਵਾਸਤੇ ਕੰਮ ਨਹੀਂ ਕਰਦੀ। ਇਹਦੇ 'ਚੋਂ ਜਿੰਨੇ ਕਾਨੂੰਨ ਬਣਦੇ ਨੇ ਉਹ ਸਾਡੇ ਕੋਲੋਂ ਕੁਛ ਨਾ ਕੁਛ ਖੋਹਦੇ ਹੈ ਅਤੇ ਕਾਰਪੋਰੇਟ ਦੇ ਪੱਖ ਦੇ ਵਿੱਚ ਇਹ ਖੜ੍ਹਦੇ ਨੇ। ਇਸ ਕਰਕੇ ਜੋ ਕੁਛ ਵੀ ਹੁਣ ਤੱਕ ਅਸੀਂ ਨੇ ਲਿਆ, ਅਸੀਂ ਸੰਘਰਸ਼ਾਂ ਦੇ ਜ਼ੋਰ 'ਤੇ ਲਿਆ, ਆਪਦੀ ਤਾਕਤ ਦੇ ਸਿਰ 'ਤੇ ਲਿਆ ਅਤੇ ਇਹਨਾਂ ਨਾਲ ਭਿੜ ਕੇ ਲਿਆ। ਇਸ ਕਰਕੇ ਅੱਜ ਦੇ ਇਕੱਠ ਦੇ ਵਿੱਚ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਇਹਨਾਂ ਤੋਂ ਭਰੋਸਾ ਕਦੇ ਨਾ ਕਰੋ। ਵੋਟ ਪਰਚੀ ਨਾਲ ਤੁਹਾਡਾ ਕਲਿਆਣ ਨਹੀਂ ਹੋ ਸਕਦਾ। ਇੱਕ ਵੋਟ ਦਾ ਅਧਿਕਾਰ ਹੀ ਤੁਹਾਨੂੰ ਦਿੱਤਾ ਹੋਇਆ ਕਿ ਮਸ਼ੀਨ ਦਾ ਬਟਨ ਦੱਬ ਦਿਓ ਅਤੇ ਮਸ਼ੀਨ ਦੇ ਬਟਨ 'ਤੇ ਤੁਹਾਨੂੰ ਵੋਟ ਦਾ ਅਧਿਕਾਰ ਹੈ, ਸਰਕਾਰ ਬਦਲ ਸਕਦੇ ਹੋ। ਬਾਕੀ ਸਾਰੇ ਅਧਿਕਾਰ, ਵਿੱਦਿਆ ਦਾ ਅਧਿਕਾਰ, ਸਿਹਤ ਦਾ ਅਧਿਕਾਰ, ਰੁਜ਼ਗਾਰ ਦਾ ਅਧਿਕਾਰ, ਸੰਘਰਸ਼ ਕਰਨ ਦਾ ਅਧਿਕਾਰ, ਸਾਰੇ ਅਧਿਕਾਰ ਇਹਨਾਂ ਦੇ ਖੋਹੇ ਹੋਏ ਹੈ, ਸਾਰੇ ਅਧਿਕਾਰ ਇਹਨਾਂ ਦੇ ਮੁੱਠੀ 'ਚ ਲਏ ਹੋਏ ਹੈ। ਇਸ ਕਰਕੇ ਸਾਡਾ ਇਹ ਭਰੋਸਾ ਹੈ ਕਿ ਇਹਨਾਂ ਨਾਲ ਭਿੜ ਕੇ ਹੀ ਆਪਦਾ ਹੱਕ ਲਏ ਜਾ ਸਕਦੇ ਹੈ। ਇਸ ਕਰਕੇ ਆਹ ਜਿਹੜੀ ਤਾਕਤ ਹੈ, ਇਹ ਪਾਰਲੀਮੈਂਟਰੀ ਸਿਸਟਮ ਤੋਂ ਪਾਸੇ ਹੋ ਕੇ, ਇਹਨਾਂ ਦੇ ਜਾਲ ਤੋਂ ਪਾਸੇ ਹੋ ਕੇ ਹੀ ਇਹਨਾਂ ਨਾਲ ਲੜਾਈ ਦੇ ਕੇ ਆਪਣੀ ਮੁਕਤੀ ਦਾ ਰਾਹ ਖੋਲ ਸਕਦਾ। ਸਿੱਖ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਜੀ ਭਾਜਪਾ ਨੂੰ ਹਰਾਉਣ ਦਾ, ਤੁਸੀਂ ਵੀ ਤਾਂ ਲੋਕਾਂ ਨੂੰ ਸੱਦਾ ਦੇ ਰਹੇ ਹੋ ਭਾਜਪਾ ਨੂੰ। ਮੋਰਚੇ ਦਾ ਸੱਦਾ ਆਪਦੀ ਸਮਝ ਹੋ ਸਕਦੀ ਹੈ, ਸੰਯੁਕਤ ਮੋਰਚੇ ਦਾ ਸੱਦਾ ਇਹ ਹੈ ਭਾਜਪਾ ਨੂੰ ਸਜ਼ਾ ਦਿਓ ਦਾ ਸੱਦਾ ਉਹਨਾਂ ਦਾ। ਇਹਦਾ ਮਤਲਬ ਮੋਦੀ ਸਰਕਾਰ ਇਸ ਵੇਲੇ ਸਭ ਤੋਂ ਫਾਸੀਵਾਦੀ ਫਿਰਕੂ ਫਾਸੀਵਾਦੀ ਹਕੂਮਤ ਹੈ, ਇਹਦਾ ਜ਼ੋਰਦਾਰ ਵਿਰੋਧ ਕਰੋ। ਅਸੀਂ ਵੀ ਕਰਦੇ ਹਾਂ, ਪਰ ਅਸੀਂ ਸਾਡਾ ਫਰਕ ਇਹ ਹੈ ਵੀ ਅਸੀਂ ਇਹ ਸਮਝਦੇ ਹਾਂ ਵੀ ਮੋਦੀ ਬਦਲਣ ਤੋਂ ਬਾਅਦ ਜਿਹੜਾ ਵੀ ਆਊਗਾ ਉਹ ਕੋਈ ਭਲਾ ਮਾਨਸ ਨਹੀਂ, ਉਹਨੇ ਵੀ ਡੰਗ ਇਦੂ ਵੱਧ ਮਾਰਨਾ। ਇਸ ਕਰਕੇ ਸਾਡਾ ਜਨਤਾ ਨੂੰ ਸੁਨੇਹਾ ਇਹ ਹੈ ਕਿ ਆਪਦੀ ਤਾਕਤ ਕਮਜ਼ੋਰ ਨਾ ਕਰੋ, ਇਹਨਾਂ ਦੇ ਪਿੱਛੇ ਲੱਗ ਕੇ ਆਪਸ ਵਿੱਚ ਫੁੱਟ ਨਾ ਪਾਓ, ਆਪਦੀ ਤਾਕਤ ਮਜ਼ਬੂਤ ਕਰਕੇ ਆਉਣ ਵਾਲੀ ਜਿਹੜੀ ਸਰਕਾਰ ਹੈ ਉਹਦੇ ਨਾਲ ਟਾਕਰਾ ਕਰਨ ਵਾਸਤੇ ਤਿਆਰ ਹੋ। ਆਪਦੀ ਭੁਗਤ ਦਾ ਰਾਜ, ਆਪਦੀ ਭੁਗਤ ਦਾ ਬਣਵਾਓ। ਕਿਸਾਨਾਂ ਮਜ਼ਦੂਰਾਂ ਦੀ ਭੁਗਤ ਹੁੰਦੀ ਹੈ, ਇਹ ਸੰਘਰਸ਼ਾਂ ਦੀ ਜ਼ਰੂਰਤ ਹੀ ਹੋਣੀ ਹੈ। ਹੁਣ ਤੱਕ ਅੱਜ ਤੱਕ ਤੁਹਾਨੂੰ ਕਿਸੇ ਵੀ ਪਾਰਲੀਮੈਂਟਰੀ ਪਾਰਟੀ ਦੇ ਵਿਧਾਨ ਸਭਾ ਨੇ ਕਦੇ ਕੁਛ ਨਹੀਂ ਦਿੱਤਾ, ਇਹ ਕਾਰਪੋਰੇਟ ਪੱਖੀ ਹੈ, ਇਹਦਾ ਵਿਰੋਧ ਕਰਨ ਵਾਸਤੇ ਤਿਆਰ। ਕਿਸ ਤਰ੍ਹਾਂ ਦੇਖਦੇ ਹੋ ਅੱਜ ਪੂਰੇ ਪੰਜਾਬ ਭਰ ਵਿੱਚ ਅੱਜ ਵੱਡੇ ਵੱਡੇ ਲੀਡਰ ਰੈਲੀਆਂ ਕਰ ਰਹੇ ਆ, ਤੁਸੀਂ ਵੀ ਇੱਕ ਵੱਡੀ ਰੈਲੀ ਕਰ ਰੱਖੀ ਹੈ? ਕਿਹੜੇ ਵੱਡੇ ਲੀਡਰ, ਕਿਹਨਾਂ ਨੂੰ ਵੱਡੇ ਲੀਡਰ? ਇਹਨਾਂ ਨੂੰ ਵੱਡੇ ਪੈਸੇ ਵਾਲੇ ਵੱਡੇ ਨੇ, ਕਿਸੇ ਦਾ ਇਕੱਠ ਤਾਂ ਦਿਖਾ ਦਿਓ। ਮੋਦੀ ਦਾ ਇਕੱਠ ਇਦੂ 4 ਗੁਣਾ ਘੱਟ ਸੀ, ਕਿਸੇ ਦੇ ਇਕੱਠ ਦੇ ਵਿੱਚ ਕੋਈ ਜਾਂਦਾ ਵੀ ਹੈ? ਲੋਕ ਨਹੀਂ ਜਾਂਦੇ, ਤੁਸੀਂ ਦੇਖਿਆ ਹੋਣਾ ਪਟਿਆਲੇ ਦੀ ਰੈਲੀ ਦੇ ਵਿੱਚ 40 ਮਜ਼ਦੂਰ ਰੌਲਾ ਪਾਈ ਜਾਂਦੇ ਨੇ, ਕਹਿੰਦੇ ਕਿਲੇ ਚੌਂਕ ਦੇ ਵਿੱਚ ਸਾਨੂੰ ਲੈ ਕੇ ਗਏ ਨੇ 400 ਰੁਪਏ ਦਿਹਾੜੀ ਦੇ ਉੱਤੇ, ਅਜੇ ਤੱਕ ਸਾਨੂੰ ਦਿਹਾੜੀ ਨਹੀਂ ਦਿੱਤੀ। ਉਹ ਦਿਹਾੜੀਆਂ ਲੈ ਕੇ ਇਕੱਠ ਕਰ ਰਹੇ ਨੇ, ਇਹ ਪਿੰਡਾਂ 'ਚ ਵੜ ਕੇ ਤਾਂ ਦੇਖਣ, ਇਹਨਾਂ ਨੂੰ ਪਿੰਡਾਂ 'ਚ ਲੋਕ ਵੜਨ ਨਹੀਂ ਦਿੰਦੇ। ਲੋਕਾਂ ਨੂੰ ਪੂਰਾ ਭਰੋਸਾ ਕਿ ਇਹ ਵੋਟ ਪਾਰਟੀਆਂ ਨੇ ਜਿਹੜੀਆਂ ਇਹ ਸੱਤਾ 'ਤੇ ਕਬਜ਼ਾ ਕਰਨ ਦੀ ਖਾਤਰ ਸਿਰ ਪਾਉਂਦੀਆਂ ਨੇ,
ਸਾਡੀਆਂ ਕੁਛ ਨਹੀਂ ਲੱਗਦੀਆਂ, ਇਹਨਾਂ ਨੇ ਅੱਜ ਤੱਕ ਸਾਥੋਂ ਖੋਹ ਕੇ ਕਾਰਪੋਰੇਟਾਂ ਦੀ ਜੇਬ 'ਚ ਪਾਇਆ, ਉਹੀ ਨੀਤੀ ਹੈ। ਇਸ ਕਰਕੇ ਇਹਨਾਂ ਦੇ ਇਕੱਠ ਘੱਟਦੇ ਨੇ। ਆਹ ਬਰਨਾਲੇ ਦਾ ਤੁਸੀਂ ਇਕੱਠ ਦੇਖ ਲਓ, ਬਹੁਤ ਵੱਡਾ ਇਕੱਠ, ਉਹਨਾਂ ਦੇ ਇਕੱਠਾਂ ਨਾਲੋਂ ਕਿਤੇ ਵੱਡਾ ਇਕੱਠ। ਐਲਾਨ ਤਾਂ ਇਹੀ ਹੈ ਵੀ ਆਪਣੀ ਤਾਕਤ ਮਜ਼ਬੂਤ ਕਰੋ। ਇਲੈਕਸ਼ਨਾਂ ਦੇ ਵਿੱਚ ਥੋੜ੍ਹੇ ਦਿਨ ਰਹਿ ਗਏ, ਇਲੈਕਸ਼ਨ ਆਉਣ ਤੋਂ ਬਾਅਦ ਜਿਹੜੀ ਪਾਰਟੀ ਆਉਂਦੀ ਹੈ ਉਹਦੇ ਨਾਲ ਭਿੜਨ ਵਾਸਤੇ ਤਿਆਰ। ਦੇਖੋ ਅੱਜ ਜਦੋਂ ਪੰਜਾਬ 'ਚ ਵੋਟਾਂ ਦਾ ਮਾਹੌਲ ਭਖਿਆ ਤਾਂ ਉਹਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਲੋਕਾਂ ਦੀਆਂ ਸੰਘਰਸ਼ੀਲ ਜਥੇਬੰਦੀਆਂ ਜਿਹੜੇ ਲੋਕਾਂ ਦੇ ਅਸਲ ਮੁੱਦਿਆਂ ਨੂੰ ਲੈ ਕੇ ਸਦਾ ਲੜਾਈ 'ਚ ਰਹਿੰਦੀਆਂ, ਸੰਘਰਸ਼ਾਂ 'ਚ ਰਹਿੰਦੀਆਂ ਹਕੂਮਤਾਂ ਨਾਲ, ਉਹ ਆਪਣੀ ਇਸ ਰੈਲੀ ਰਾਹੀਂ ਇੱਕ ਤਾਂ ਆਪਣੇ ਅਸਲ ਮਸਲੇ ਉਭਾਰ ਰਹੀਆਂ। ਜਿਹੜੀਆਂ ਵੋਟ ਪਾਰਟੀਆਂ ਉਹ ਲੋਕਾਂ ਦੇ ਅਸਲ ਮਸਲਿਆਂ ਨੂੰ ਰੋਲਦੀਆਂ, ਉਹਨਾਂ ਨੂੰ ਖੁੰਝੇ ਲਾਉਂਦੀਆਂ, ਉਹਦੀ ਥਾਂ 'ਤੇ ਨਕਲੀ ਅਤੇ ਭੜਕਾਊ ਮੁੱਦੇ ਸਾਹਮਣੇ ਲੈ ਕੇ ਆਉਂਦੀਆਂ। ਲੋਕਾਂ ਦੀ ਜਿਹੜੀਆਂ ਇਹ ਜਥੇਬੰਦੀਆਂ ਦਾ ਇਕੱਠ ਹੈ, ਇਹ ਇੱਕ ਪਾਸੇ ਲੋਕਾਂ ਦੇ ਅਸਲ ਮਸਲੇ ਉਭਾਰ ਰਿਹਾ ਅਤੇ ਦੂਜੇ ਪਾਸੇ ਉਹਨਾਂ ਦੇ ਹੱਲ ਕਰਨ ਦਾ ਰਸਤਾ ਉਭਾਰ ਰਿਹਾ। ਉਹ ਰਸਤਾ ਇਹ ਹੈ ਵੀ ਵੋਟ ਪਾਰਟੀਆਂ ਤੋਂ ਝਾਕ ਨਾ ਕਰੋ, ਇਹਦੀ ਥਾਂ 'ਤੇ ਵੋਟਾਂ ਆਉਣਗੀਆਂ, ਲੰਘ ਜਾਣਗੀਆਂ, 75 ਸਾਲਾਂ ਤੋਂ ਇਹੀ ਕੁਝ ਚੱਲ ਰਿਹਾ, ਇਹਦੀ ਥਾਂ 'ਤੇ ਆਪਣੀ ਜਥੇਬੰਦੀ 'ਤੇ, ਆਪਣੀ ਏਕਤਾ 'ਤੇ, ਆਪਣੇ ਸੰਘਰਸ਼ਾਂ 'ਤੇ ਟੇਕ ਰੱਖੋ, ਉਹਦੇ ਤੋਂ ਭਰੋਸਾ ਨਾ ਡੋਲਣ ਦਿਓ। ਵੋਟਾਂ ਜਿਹੜੀਆਂ ਉਹ ਲੋਕਾਂ ਦੇ ਉੱਤੇ ਹੱਲ ਹੈ, ਇਹ ਹੱਲਾ ਪਾਟਕ ਪਾਊ ਵੀ ਆ, ਇਹ ਲੋਕਾਂ ਦੇ ਅੰਦਰ ਭਾਈਚਾਰਕ ਸਾਂਝ ਵੀ ਖੋਰਾ ਪਾਉਂਦਾ, ਇਹ ਲੋਕਾਂ ਦੇ ਮੁੱਦੇ ਵੀ ਭੜਕਾਉਂਦਾ ਅਤੇ ਲੋਕਾਂ ਨੂੰ ਖੱਖੜੀਆਂ ਕਰੇਲੇ ਕਰਦਾ ਉਹਨਾਂ ਦੀ ਏਕਤਾ ਨੂੰ। ਇਹਦੀ ਥਾਂ 'ਤੇ ਆਪਦੀ ਏਕਤਾ ਬਚਾ ਕੇ ਰੱਖੋ। ਇਹ ਜਿਹੜੀ ਅੱਜ ਦੀ ਰੈਲੀ ਹੈ ਇਹਦਾ ਮਹੱਤਵ ਇਸ ਗੱਲ ਦੇ ਵਿੱਚ ਵੀ ਹੈ ਵੀ ਉਸ ਜਿਹੜੀ ਹਾਕਮਾਂ ਦੀ ਸਿਆਸਤ ਆ ਉਹਦੇ ਮੁਕਾਬਲੇ ਇਹ ਰੈਲੀ ਲੋਕਾਂ ਦੀ ਸਿਆਸਤ ਉੱਭਰਨ ਵਾਸਤੇ ਇੱਕ ਗਰਾਊਂਡ ਹੈ, ਇੱਕ ਬਦਲਦੀ ਸਿਆਸਤ, ਇੱਕ ਬਦਲਵਾਂ ਰਾਹ ਜਿਹਦੇ ਰਾਹ 'ਤੇ ਚੱਲ ਕੇ ਆਖਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਣਾ, ਲੋਕਾਂ ਦੀ ਮੁਕਤੀ ਹੋਣੀ ਹੈ। ਉਹਨਾਂ ਨਾਅਰਿਆਂ ਨੂੰ, ਉਹਨਾਂ ਮੁੱਦਿਆਂ ਨੂੰ ਅੱਜ ਦੀ ਇਹ ਰੈਲੀ ਉਭਾਰ ਰਹੀ। ਬਿਲਕੁਲ ਜੀ, ਚੋਣਾਂ ਦੇ ਉੱਤੇ ਇਹਦਾ ਜਿਹੜਾ ਅਸਰ ਹੈ ਉਹ ਸਿੱਧੇ ਤੌਰ 'ਤੇ ਕਿਸੇ ਮੀਟਰ ਨਾਲ ਮਾਪਣ ਦੀ ਬਜਾਏ ਇਹਦਾ ਅਸਰ ਇਹ ਹੈ ਵੀ ਲੋਕਾਂ ਦੇ ਮੁੱਦੇ ਨਹੀਂ ਰੋਲਣ ਦਊਗੀ ਇਹ ਰੈਲੀ। ਇਹ ਮੁਹਿੰਮਾਂ ਜਿਹੜੀਆਂ ਲੋਕਾਂ ਦੀਆਂ ਉਹ ਵੋਟ ਪਾਰਟੀਆਂ ਦੇ ਲੀਡਰਾਂ ਦੇ ਮੂੰਹ 'ਚ MSP ਦਾ ਮੁੱਦਾ ਲਿਆਉਂਦੀ ਹੈ, ਉਹ ਬੇਰੁਜ਼ਗਾਰੀ ਦਾ ਮੁੱਦਾ ਲਿਆਉਂਦੀ ਹੈ, ਉਹ ਠੇਕਾ ਭਰਤੀ ਰੱਦ ਕਰਨ ਦਾ ਮੁੱਦਾ ਲਿਆਉਂਦੀ ਹੈ, ਉਹ ਗਰੀਬ ਜਿਹੜੇ ਖੇਤ ਮਜ਼ਦੂਰ ਆ ਉਹਨਾਂ ਨੂੰ ਪਲਾਟ ਦੇਣ ਦਾ ਮੁੱਦਾ ਉਮੀਦਵਾਰਾਂ ਦੇ ਮੂੰਹ 'ਚ ਲੈ ਕੇ ਆਉਂਦੀ ਹੈ। ਇਸ ਕਰਕੇ ਇਸ ਰੈਲੀ ਰਾਹੀਂ ਲੋਕਾਂ ਦਾ ਇੱਕ ਮੁੱਦਿਆਂ ਦਾ ਉੱਭਰਨਾ, ਦੂਜਾ ਉਹਨਾਂ ਦੀ ਆਪਦੀ ਤਾਕਤ 'ਚ ਭਰੋਸਾ ਬਣਨਾ, ਉਹਨਾਂ ਨੂੰ ਇਹ ਦੇਖਣਾ ਵੀ ਸਾਡੀ ਸ਼ਕਤੀ ਦਾ ਪੋਲ ਵੋਟ ਪਾਰਟੀਆਂ ਦੇ ਮੁਕਾਬਲੇ ਆਹ ਪੋਲ ਆ, ਇਹ ਪੋਲ ਜਿੰਨਾ ਤਕੜਾ ਹੋਊਗਾ, ਜਿੰਨਾ ਮਜ਼ਬੂਤ ਹੋਊਗਾ, ਉਨਾ ਹੀ ਲੋਕਾਂ ਦਾ ਭਵਿੱਖ ਸੁਰੱਖਿਅਤ ਹੋਊਗਾ। ਪਰ ਲੜਾਈ ਚੋਣਾਂ ਤੋਂ ਪਹਿਲਾਂ ਵਾਅਦੇ ਅਤੇ ਬਾਅਦ 'ਚੋਂ ਗੱਲਾਂ ਪੂਰੀਆਂ ਨਹੀਂ ਹੁੰਦੀਆਂ, ਪਹਿਲਾਂ ਵਾਅਦੇ ਹੁੰਦੇ ਆ। ਹਾਂ ਬਿਲਕੁਲ ਜੀ, ਚੋਣਾਂ ਤੋਂ ਪਹਿਲਾਂ ਵਾਅਦੇ ਬਹੁਤ ਤਰ੍ਹਾਂ ਤਰ੍ਹਾਂ ਦੇ ਹੋ ਰਹੇ ਆ, ਬਹੁਤ ਵੱਡੇ ਵੱਡੇ ਹੋ ਰਹੇ ਆ। ਉਹ ਹੁਣ ਉਹ ਬਾਰੇ ਵਾਅਦੇ ਕਰਨ ਯਕੀਨ ਨਹੀਂ ਰੱਖਦੇ, ਉਹ ਹੁਣ ਇਹ ਕਹਿੰਦੇ ਨੇ ਵੀ ਚਾਹੇ ਵੋਟਾਂ ਖਰੀਦ ਲਈਏ, ਚਾਹੇ ਮੰਦਰ ਦੇ ਨਾਂ 'ਤੇ, ਪੰਥ ਦੇ ਨਾਂ 'ਤੇ, ਪਹਿਲਾਂ ਵੱਡੇ ਵਾਅਦੇ ਕਰ ਲਈਦੇ, ਮੁੜ ਕੇ ਪੰਗਾ ਪੈਂਦਾ, ਮੁੜ ਕੇ ਇਹੀ ਜਥੇਬੰਦੀਆਂ ਫਿਰ ਧਰਨੇ ਮੁਜ਼ਾਹਰੇ ਸਾਹ ਮਤਲਬ ਗਲ ਫੜਦੀਆਂ ਲੀਡਰਾਂ ਦਾ ਅਤੇ ਹਕੂਮਤਾਂ ਦਾ ਵੀ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਪੂਰੇ ਕਰੋ। ਉਹਨਾਂ ਦੀ ਕੋਸ਼ਿਸ਼ ਹੈ ਵੀ ਬਾਹਲੇ ਵਾਅਦੇ ਨਾ ਹੀ ਕਰੇ ਜਾਣ, ਉਦੋਂ ਬਿਨਾਂ ਹੀ ਵੋਟਾਂ ਲੈਣ ਦੀ ਕੋਸ਼ਿਸ਼ ਹੈ ਪਾਰਟੀ। ਹਰਿੰਦਰ ਬਿੰਦੂ, ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਇਸਤਰੀ ਵਿੰਗ ਸੂਬਾ ਆਗੂ। ਅੱਜ ਦੀ ਰੈਲੀ ਨੂੰ ਕਿਸ ਤਰ੍ਹਾਂ ਦੇਖਦੇ ਹੋ, ਕਿਸ ਮਕਸਦ ਨਾਲ ਰੈਲੀ ਰੱਖੀ ਗਈ ਹੈ? ਅੱਜ ਦੀ ਰੈਲੀ ਸਾਡੀ ਬਹੁਤ ਕਾਮਯਾਬ ਹੈ। ਅੱਜ ਦਾ ਦਿਨ ਸਾਡੇ ਕਿਰਤੀਆਂ ਲਈ ਇਤਿਹਾਸਿਕ ਦਿਨ ਹੈ। ਇੱਕ ਪਾਸੇ ਕਿਰਤੀ ਲੋਕ ਆਪਣੀਆਂ ਮੰਗਾਂ ਮਸਲਿਆਂ ਨੂੰ ਲੈ ਕੇ ਇੱਕ ਮੰਚ 'ਤੇ ਇਕੱਠੇ ਹੋਏ ਨੇ, ਅਤੇ ਦੂਸਰੇ ਪਾਸੇ ਮੁਲਕ ਦੇ ਜਿਹੜੇ ਲਟੇਰੇ ਹਾਕਮ ਹੈ ਉਹਨਾਂ ਦੀਆਂ ਜਿਹੜੀਆਂ ਵੋਟ ਪਾਰਟੀਆਂ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੋਟ ਭਰਮ 'ਚ ਉਲਝਾ ਕੇ ਝੂਠੇ ਵਾਅਦੇ ਲਾਰੇ ਕਰਕੇ ਉਹਨਾਂ ਨੂੰ ਉਹਨਾਂ ਤੋਂ ਵੋਟਾਂ ਪਵਾ ਕੇ 5 ਸਾਲਾਂ ਵਾਸਤੇ ਲੁੱਟਣ ਲਈ
ਦੀ ਮੋਹਰ ਲਵਾਈ ਜਾ ਰਹੀ ਹੈ। ਪਰ ਅਸੀਂ ਇੱਥੇ ਇਹ ਗੱਲ ਦੇਖਦੇ ਹਾਂ ਕਿ ਜਿਹੜੇ ਸਾਡੇ ਲੋਕ ਇਸ ਰੈਲੀ ਦੇ ਵਿੱਚ ਆਏ ਹੈ ਉਹਨਾਂ ਦੀ ਜਿਹੜੀ ਚੇਤਨਾ ਹੈ ਅਤੇ ਉਹਦੇ ਵਿੱਚ ਵਾਧਾ ਹੋਇਆ ਹੈਗਾ, ਇਹ ਗੱਲ ਚੰਗਾ ਸੰਕੇਤ ਹੈ ਕਿ ਲੋਕ ਵੋਟਾਂ ਵਾਲੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਣੇ ਸੰਘਰਸ਼ ਆਪਣੇ ਜਿਹੜੇ ਮਸਲੇ ਹੈ ਉਹਨਾਂ ਨੂੰ ਹੱਲ ਸੰਘਰਸ਼ਾਂ ਰਾਹੀਂ ਦੇਖਦੇ ਹੈ ਕਿ ਜੇ ਅਸੀਂ ਲੜਾਂਗੇ ਤਾਂ ਕੁਛ ਆਪਣੇ ਹੱਕ ਹੈ ਜਿਹੜੇ ਉਹ ਪ੍ਰਾਪਤ ਕਰ ਲਾਂਗੇ, ਜੇ ਅਸੀਂ ਨਹੀਂ ਲੜਾਂਗੇ ਤਾਂ ਸਾਡੇ ਹੱਕ ਹੈ ਜਿਹੜੇ ਉਹ ਪ੍ਰਾਪਤ ਨਹੀਂ ਕੀਤੇ ਜਾਣੇ। ਅਤੇ ਅੱਜ ਦੀ ਜਿਹੜੀ ਰੈਲੀ ਹੈ ਇਤਿਹਾਸਿਕ ਰੈਲੀ ਹੈ ਅਤੇ ਇਹ ਜੇਤੂ ਰੈਲੀ ਹੈ। ਜਿਸ ਤਰ੍ਹਾਂ ਲੋਕ ਪਹੁੰਚੇ, ਕਿੰਨੇ ਮਹਿਲਾਵਾਂ ਬਹੁਤ, ਜਿਵੇਂ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਪਿੰਡਾਂ ਦੇ ਵਿੱਚ, ਜਿਹੜੇ ਇਹਨਾਂ ਦੇ ਵਧਾਈਕ ਨੁਮਾਇੰਦੇ ਨੇ ਚਾਹੇ ਭਾਜਪਾ ਦੇ ਨੇ ਚਾਹੇ ਆਪ ਦੇ ਨੇ ਚਾਹੇ ਕਾਂਗਰਸ ਵਾਲਿਆਂ ਦੇ ਨੇ, ਕਿਸੇ ਵੀ ਪਾਰਟੀ ਦੇ ਜਾਂਦੇ ਲੋਕ ਉਹਨਾਂ ਨੂੰ ਸਵਾਲ ਕਰਦੇ ਆ, ਉਹਨਾਂ ਤੋਂ ਚੋਣ ਮੈਨੀਫੈਸਟੋ ਦੀ ਮੰਗ ਕਰਦੇ ਕਿ ਦੱਸੋ ਸਾਡੀਆਂ ਮੰਗਾਂ ਇਹਦੇ 'ਚ ਕਿੱਥੇ ਪਈਆਂ ਨੇ, ਉਹਨਾਂ ਕੋਲ ਕਿਸੇ ਕੋਲ ਵੀ ਕੋਈ ਜਵਾਬ ਨਹੀਂ ਹੈਗਾ। ਅਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਲੋਕ ਜਿਹੜੀ ਜਿਵੇਂ ਪਿੰਡਾਂ ਦੇ ਵਿੱਚ ਮੀਟਿੰਗਾਂ ਰੈਲੀਆਂ ਨਾਟਕ ਵਗੈਰਾ ਕਰਾ ਕੇ ਵੱਡੇ ਇਕੱਠ ਕਰਕੇ ਅੱਜ ਬੱਸਾਂ ਟਰੱਕ ਪਿਕਅਪ ਵਗੈਰਾ ਲੈ ਕੇ ਇੱਥੇ ਬਰਨਾਲੇ ਦੀ ਦਾਣਾ ਮੰਡੀ ਦੇ ਵਿੱਚ ਪਹੁੰਚੇ ਹੈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਜਿਹੜਾ ਇਕੱਠ ਹੈ ਜਿਹਦੇ ਵਿੱਚ ਹਜ਼ਾਰਾਂ ਔਰਤਾਂ ਵੀ ਸ਼ਾਮਿਲ ਹੋਈਆਂ ਨੇ। ਇੱਕ ਪਾਸੇ ਰਾਜਨੀਤੀ ਪਾਰਟੀ ਦੀ ਵੱਡੀ ਰੈਲੀ ਅੱਜ, ਇੱਕ ਪਾਸੇ ਛੋਟੀ ਕਿਸਾਨਾਂ ਦੀ ਵੱਡੀ ਰੈਲੀ, ਕਿਸ ਤਰ੍ਹਾਂ ਦੇਖਦੇ ਇਸਦਾ ਤੇ ਦੱਸ ਪਊਗਾ? ਦੇਖੋ ਅੱਜ ਅਸੀਂ ਆਪਦੇ ਲੋਕਾਂ ਨੂੰ ਸਮਝਾ ਕੇ ਉਹਨਾਂ ਨੂੰ ਚੇਤਨਾ ਦੇ ਕੇ ਇੱਥੇ ਲੈ ਕੇ ਆਏ ਹਾਂ। ਜਿਹੜਾ ਵੋਟ ਪਾਰਟੀਆਂ ਦਾ ਜਿਹੜਾ ਸੰਦੇਸ਼ ਹੈ ਲੰਮੇ ਸਮੇਂ ਤੋਂ ਉਹ 75 ਸਾਲਾਂ ਤੋਂ ਲੱਗੇ ਹੋਏ ਹੈਗੇ ਨੇ, ਅਤੇ ਪਰ ਉਹਨਾਂ ਦੇ ਮੁਕਾਬਲੇ ਕਿ ਲੋਕਾਂ ਨੂੰ ਚੇਤਨ ਕਰਕੇ ਲੈ ਕੇ ਆਉਣਾ, ਉਹਨਾਂ ਨੂੰ ਸਮਝ ਦੇ ਕੇ ਲੈ ਕੇ ਆਉਣੀ, ਉਹਨਾਂ ਨੂੰ ਸਮਝਾ ਕੇ ਲੈ ਕੇ ਆਉਣਾ, ਇਹ ਸਭ ਤੋਂ ਵੱਡਾ ਪੱਖ ਹੈ। ਇਹਦੇ ਨਾਲ ਲੋਕਾਂ ਦੀ ਚੇਤਨਾ ਵੱਧਦੀ ਹੈ, ਉਹ ਯਾਨੀ ਕਿ ਇਸ ਤਰ੍ਹਾਂ ਵੀ ਕਰਦੇ ਨੇ ਕਿ ਸ਼ਰਾਬ ਵੀ ਦਿੰਦੇ ਨੇ, ਹੋਰ ਵੀ ਕੁਛ ਕਰਦੇ ਨੇ, ਜਿਹੜੇ ਘਰਾਂ ਦੇ ਵਿੱਚ ਕਲੇਸ਼ ਵੀ ਪੈਂਦੇ, ਨਸ਼ਾ ਵੀ ਵਰਤਾਇਆ ਜਾਂਦਾ, ਜਿਹੜਾ ਆਉਣ ਵਾਲੇ ਸਮੇਂ 'ਚ ਸਾਡੇ ਨੌਜਵਾਨਾਂ ਨੂੰ ਉਹ ਨਸ਼ਾ ਲੈ ਕੇ ਬੈਠ ਜਾਂਦਾ ਅਤੇ ਨੌਜਵਾਨਾਂ ਦੇ ਸਿਵੇ ਬਲਦੇ ਨੇ ਅਤੇ ਘਰਾਂ ਦੇ ਵਿੱਚੋਂ ਜਿਹੜੇ ਨੌਜਵਾਨ ਉਹ ਧੜਾ ਧੜ ਜਾਂਦੇ ਨੇ।